ਇਹ ਲਾ ਕਹਿੰਦਾ ਹਾਂ ਕਹਿੰਦਾ ਮੈਂ ਉਹਨੂੰ ਬਚਾਉਣਾ ਤੂੰ ਮਾਰ ਨਹੀਂ ਸਕਦਾ ਮੈਂ ਬਚਾ ਲੈਣਾ ਕਹਿੰਦਾ ਤੇਰੇ ਕੋਲ ਐਸੀ ਕਰੀ ਜਵਾ ਦਵਾ ਬੋਟੀ ਹੈ ਜਿਹਨੂੰ ਬਚਾ ਲੇਗਾ ਮੇਰੇ ਡੰਗੇ ਦਾ ਕੋਈ ਬਚ ਨਹੀਂ ਸਕਦਾ ਮੈਂ ਤੇ ਐਸਾ ਧਰੀਲਾ ਨ ਆ ਗਿਆ ਫੁੰਕਾਰਾਂ ਮਾਰਾਂ ਫੂਕ ਮਾਰਾਂ ਤੇ ਕਸਮ ਕਰ ਦਣਾ ਜੋ ਮੇਰੇ ਸਾਹਮਣੇ ਆ ਜਾਵੇ ਉਹ ਨਤੰਤਰਵਾਦ ਕਹਿੰਦਾ ਕਿ ਮੈਂ ਤੇਰੇ ਸਾਰੇ ਨੂੰ ਹਰਿਆ ਭਰਿਆ ਕਰ ਦਿਆਂਗਾ ਇਹ ਨਹੀਂ ਮੇਰੇ ਚ ਵੀ ਕਲਾ ਹੈ ਕਹਿੰਦਾ ਸਾ ਆ ਮੈਂ ਇੱਕ ਰੁੱਖ ਨੂੰ ਕਰਦਾ ਹਾਂ ਇਸ ਵਾ ਝੁੰਕਾਰਾ ਮਾਰ ਕੇ ਤੂੰ ਇਹਨੂੰ ਹਰਿਆ ਭਰਿਆ ਕਰਕੇ ਵਿਖਾ ਇਨਨੇ ਕਿ ਤਸ਼ਕਨਾ ਜਦੋਂ ਫੂਕ ਮਾਰੀ ਤੋ ਰੋਕ ਜਿਹੜਾ ਸੀ ਉਹ ਸਰਕਸ ਵਾਹ ਹੋ ਗਿਆ ਉਹ ਤਨੰਤਰਵਾਦੀ ਨੇ ਆਪਣਾ ਕੱਢਿਆ ਯੋਦੇ ਕੋਲ ਝੋਲਾ ਸੀ ਉਹ ਚੁਣ ਰੱਖਿਆ ਸੀ ਆਪਣਾ ਬਣਾ ਕੇ ਜੋ ਵੀ ਦਵਾਦਾਰੂ ਮਰਮ ਪੱਟੀ ਉਹਨੇ ਪਾ ਕੇ ਜਲਚਿਤ ਛੱਟਾ ਮਾਰਿਆ ਰੋਕ ਜਿਹੜਾ ਸੀ ਉਹ ਖੜਿਆ ਪਰਿਆ ਹੋ ਗਿਆ ਮੈਂ ਵੇਖ ਕੇ ਤੂੰ ਤਸ਼ਕਨਾਗ ਜਿਹੜਾ ਸੀ ਉਹ ਬੜਾ ਹੈਰਾਨ ਹੋ ਕੇ ਵਾਕਈ ਨੇ ਤੇ ਰਾਜੇ ਨੂੰ ਬਚਾਲਣਾ ਤੇ ਮੈਂ ਮਾਰਨਾ ਹੈ। ਵੰਦਾ ਚੰਗਾ ਤੂੰ ਬਚਾਲੀ ਤੇ ਮੈਂ ਮਾਰਨ ਚੱਲਿਆਂ। ਉਤੁਰ ਪਿਆ ਤਸ਼ਕਨਾਗ ਜਿਹੜਾ ਸੀ ਰਾਜਾ ਪ੍ਰਿਸ਼ਤ ਨੂੰ ਮਾਰਨ ਵਾਸਤੇ ਇਧਰ ਆ ਤਨੰਤਰ ਵੈਸ ਸੀ ਉਹ। ਕਹਿੰਦਾ ਚੱਲ ਮੈਂ ਤੇਰੇ ਪਿੱਛੇ ਆਉਣਾ। ਮੈਂ ਆਪਣੀ ਖੁੰਡੀ ਲੈ ਆਵਾਂ ਜਿਹੜੀ ਉੱਥੇ ਮੈਂ ਰੱਖੀ ਐ। ਹੁ ਪਹਿਰੋ ਸਾਪਾਂ ਆਖ ਬਚਾ ਕੇ ਉਹਦ ਘਉ ਫੇਰ ਖੁੰਡੀ ਬਣ ਗਿਆ। ਮੂੰ ਜਦੋਂ ਉਹ ਦਿਨ ਇਲਾਕੇ ਜਿਹੜੇ ਤੇ ਖਾਰਸ਼ ਪਸੀਨੇ ਕਰਕੇ ਗਰਮੀ ਦਾ ਮੌਸਮ ਸੀ ਤੋਨੇ ਜਲਦੀ ਜਲਦੀ ਚ ਉਹ ਖੁੰਡੀ ਜਿਹੜੀ ਫਰੀ ਸੀ ਜੋ ਸੱਪ ਬਣਿਆ ਸੀ ਤਖਨਾਗੋ ਨੇ ਆਪਣੇ ਪਿਛੇ ਇਲਾਕੇ ਦੇ ਵਿੱਚ ਉਸ ਪਾਸੋਂ ਹੀ ਘਸਾਲੀ ਜਿਹਦੇ ਪਾਸੇ ਖੁੰਡੀ ਦਾ ਮੂੰਹ ਬਣਿਆ ਸੀ ਕਿਉਂਕਿ ਮੈਂ ਪਿਛਲੇ ਇਲਾਕੇ ਚ ਕੀਤੀ ਤੇ ਉਹ ਡੰਗ ਭਰ ਲਿਆ ਉਹਦੀ ਮੌਤ ਹੋ ਗਈ ਕਿਉਂਕਿ ਜਿਹੜੀ ਮੌਤ ਹੈ ਪਹਿਲਾਂ ਜਦੋਂ ਮਾਰਨ ਵਾਸਤੇ ਚੱਲਦੀ ਹੈ ਇਹ ਕਮੇ ਚੱਲਦੀ ਹੈ ਕਾਲ ਦੇ ਸਮੇਂ ਦੇ ਜਿਸਨੇ ਮਾਰਨਾ ਹੈ ਪਹਿਲਾਂ ਇਹਨੇ ਵੇਖਣਾ ਕਿ ਇਸ ਨੂੰ ਬਚਾਉਣ ਵਾਲਾ ਕੌਣ ਹੈ ਜੇ ਤੋ ਲੰਬੇ ਹੋ ਗਿਆ ਰਸਤਾ ਸਾਫ ਨਹੀਂ ਲੰਬੇ ਹੋਇਆ ਤੇ ਫਿਰ ਕਿਸੇ ਉਹਦੇ ਰੁਕਾਵਟ ਪਾ ਦੇ ਰਸਤੇ ਦੇ ਵਿੱਚ ਸਤੈ ਨੂੰ ਕਿਸੇ ਲਈ ਆਖਿਆ ਜਾਂਦਾ ਕਿ ਅਸੀਂ ਥਾਣੇ ਬੰਦੇ ਨੂੰ ਮਿਲਣ ਜਾ ਰਹੇ ਸੀ ਤਾਂ ਇਹ ਅਚਾਨਕ ਹੋ ਗਿਆ ਸਾਨੂੰ ਮਿਲਦਾ ਟਾਈਮ ਤੇ ਮੌਕਾ ਨਹੀਂ ਮਿਲਿਆ ਜੇਸੀ ਟਾਈਮ ਨਾ ਪਹੁੰਚਦੇ ਮਿਲ ਪੈਂਦੇ ਸ਼ਾਇਦ ਕੋਈ ਬਚਾਅ ਹੋ ਜਾਂਦਾ ਪਰ ਪਿਆਰੋ ਜਦੋਂ ਕੋਈ ਕੁਦਰਤੀ ਹਾਦਸਾ ਹੋਣਾ ਹੈ ਜਦੋਂ ਕੋਈ ਕਿਸੇ ਦੀ ਆ ਗਈ ਹੈ ਉਹਨੇ ਹੋ ਕੇ ਰਹਿਣਾ ਹੈ ਤੇ ਜਦੋਂ ਪ੍ਰਮਾਤਮਾ ਨੇ ਬਚਾਉਣਾ ਹੈ ਉਹਨੇ ਬਲਦੀ ਚੋਂ ਬਚਾ ਲੈਣਾ ਹੈ ਸਤਰੂ ਹੁਪ ਭਗਤ ਜੀ ਪ੍ਰਲਾਦ ਭਗਤ ਪਿਆਰਿਓ ਸੁਣੋ ਬਲਦੀ ਚੋਂ ਬਚਾ ਲਿਆ ਸੀ ਪ੍ਰਮਾਤਮਾ ਨੇ ਕਿਉਂਕਿ ਜੇ ਉਹ ਪਰਮਾਤਮਾ ਚਾਵੇ ਤਾਂ ਕਿੰਨਾ ਵੱਡਾ ਵੀ ਦੁੱਖ ਕਿਉਂ ਨਾ ਹੋਵੇ ਮਨੁੱਖ ਵੱਜ ਜਾਂਦਾ ਏ। ਕੋਈ ਜ਼ਿੰਦਗੀ ਦਾ ਕਰਮ ਦਾ ਲੇਖਾ ਜੇ ਕੋਈਂਦਾ ਸੰਸਾਰ ਵਿੱਚ ਉਹਨੂੰ ਮਕਾਉਣਾ ਪੈਂਦਾ ਏ। ਜਿਹਨੂੰ ਲੇਖਾ ਜ਼ਿੰਦਗੀ ਦਾ ਮੁੱਕ ਗਿਆ ਫੇਸਨ ਸਾਥੋਂ ਛੱਡ ਕੇ ਜਾਣਾ ਪੈਂਦਾ ਏ। ਕਿਉਂਕਿ ਹਮ ਆਦਮੀਆਂ ਇੱਕਦਮੀ ਮੌਲਤ ਮੌਤ ਨਾ ਜਾਣਾ ਸਾਨੂੰ ਕਿਸੇ ਨੂੰ ਆਪਣੀ ਜ਼ਿੰਦਗੀ ਦੀ ਮੌਲਤ ਦਾ ਟਾਈਮ ਸਮੇਂ ਦਾ ਪਤਾ ਨਹੀਂ ਕਿ ਕਿੰਨੀ ਹੈ ਹਾਂ ਟੀਵੇ ਕਿਸੇ ਵੇਲੇ ਲੱਗ ਜਾਂਦੇ ਨੇ ਹੱਥ ਵੇਖਣ ਵਾਲੇ ਜਿਹੜੇ ਜੋਸ਼ੀ ਨੇ ਉਲਾ ਦਿੰਦੇ ਨੇ ਕਿਸ ਬੰਦੇ ਦੀ ਐਸ ਇਨਸਾਨ ਦੀ ਮਨੁੱਖ ਦੀ ਐਨੀ ਉਮਰ ਹੈ ਪਰ ਪੱਕਾ ਨਹੀਂ ਪਤਾ ਕਿ ਕਿੰਨੀ ਹੈ ਇੱਕ ਅੰਦਾਜ਼ਾ ਹੁੰਦਾ ਹੈ ਤੇ ਅੰਦਾਜ਼ੇ ਦੇ ਕਰਕੇ ਮਨੁੱਖ ਜਿਹੜਾ ਹੈ ਪਿਆਰਿਓ ਪ੍ਰਕਾਸ਼ ਨਾਲ ਜਿੰਦਾ ਹੈ ਉਹਨੂੰ ਹਸ ਹੁੰਦਾ ਹੈ ਕਿ ਮੇਰੇ ਨੀਂ ਮਰਿਆ ਮੇजे ਮਰਦਾ ਨਹੀਂ ਭਾਵੇਂ ਉਹ ਉਸ ਸਮੇਂ ਤੋਂ ਪਹਿਲਾਂ ਹੀ ਦੱਸੇ ਟੇਵੇਂ ਅੰਦਾਜ਼ੇ ਤੋਂ ਪਹਿਲਾਂ ਹੀ ਮੁੱਕ ਜਾਵੇ ਪਰ ਫਿਰ ਵੀ ਆਸ ਹੁੰਦੀ ਹੈ ਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਿਆਰਿਓ ਇਹ ਜੋ ਰਬੀ ਬਾਣੀ ਅਲਾਹੀ ਬਾਣੀ ਨੂਰਾਨੀ ਬਾਣੀ ਤੁਰਕੀ ਬਾਣੀ ਆਈ ਤੇ ਸਗਲ ਚਿੰਤਾ ਮਟਾਈ ਇਹ ਸਾਰੀਆਂ ਚਿੰਤਾਵਾਂ ਜਿਹੜੀਆਂ ਨੇ ਮਟਾਉਣ ਵਾਲੀਆਂ ਨੇ ਇਹ ਸਾਡੇ ਗਮਾਂ ਨੂੰ ਦੂਰ ਕਰਨ ਕਰਾਉਣ ਵਾਲੀਆਂ ਐਸੀਆਂ ਲੜਾਂ ਨੇ ਗੁਰਬਾਣੀ ਦੀਆਂ ਜਦੋਂ ਚਲਦੀਆਂ ਨੇ ਲਹਿਰਾਂ ਤੇ ਇਹਨਾਂ ਦੇ ਨਾਲ ਸਾਡੇ ਮਨ ਨੂੰ ਫਿਰ ਟਿਕਾ ਰੋ ਹੌ ਸ਼ਾਂਤੀ ਆਉਂਦੀ ਹੈ ਤੇ ਨੇਤੇ ਮੰਨਦੀ ਬੇ ਚੈਨੀ ਜੀ ਭਟਕਣਾ ਹੈ ਇਸ ਪਾਵਰ ਵਿੱਚੋਂ ਮਨੁੱਖ ਨਿਕਲ ਨਹੀਂ ਸਕਦਾ ਤੇ ਕਈ ਤਰ੍ਹਾਂ ਦੀ ਚਿੰਤਾ ਚਿੰਤਾ ਤੋਂ ਦੁੱਖ ਜਿਹੜਾ ਉਹ ਬਣ ਜਾਂਦਾ ਹੈ ਆ ਜਦੋਂ ਪਿਛੇ ਜੇ ਕਰੋਨਾ ਕਾਲ ਸੀ ਤੇ ਤੇ ਕਹਿੰਦੇ ਕਿਸੇ ਦੇ ਨਾ ਘਰ ਵਿੱਚ ਇਸ ਤਰ੍ਹਾਂ ਕੋਈ ਜੀ ਬਿਮਾਰ ਹੋ ਗਿਆ ਤੂੰ ਸੰਭਾਲਣ ਵਾਲੀ ਜਿਹੜੀ ਉਹ ਘਰ ਦੀ ਸੀ ਉਹਨੇ ਉਹਦੀਆਂ ਗੱਲਾਂ ਕਰਦੇ ਰਹਿਣਾ ਜਿੱਥੇ ਬਹਿਣਾ ਜਿੱਥੇ ਆਉਣਾ ਜਾਣਾ ਤੇ ਨਾਲੇ ਉਹਨੂੰ ਸਾਹਮਣਾ ਤੇ ਨਾਲੇ ਤੋਂ ਗੱਲਾਂ ਕਰਨੀਆਂ ਤੇ ਗੱਲਾਂ ਕਰਦਾ ਕਰਦਾ ਅਖਰ ਉਹਦੇ ਦੇ ਮੰਨਤੀ ਐਸਾ ਥਰ ਉਹ ਬਿਮਾਰ ਹੋ ਗਈ ਜਾਂ ਦੁੱਖ ਉਹਦੇ ਹੈਗਾ ਸੀ ਘਰ ਵਾਲਿਆਂ ਨੂੰ ਲੱਗ ਗਿਆ ਸੋ ਕਹਿਣ ਤੋਂ ਭਾਵ ਕਿ ਜਿਹੜਾ ਸਾਡਾ ਮਾਨਿਆ ਨਾ ਇਹ ਇੱਕ ਐਸੀ ਅਵਸਥਾ ਵਿੱਚ ਆ ਜਾਂਦਾ ਹੈ ਗੱਲਾਂ ਕਰਦਾ ਕਰਦੇ ਆ ਕਿ ਇਹਦੀ ਪਕੜ ਹੀ ਨਹੀਂ ਮਜ਼ਬੂਤ ਹੋ ਜਾਂਦੀ ਹੈ ਕਿ ਕਿਸੇ ਵੇਲੇ ਦੁੱਖ ਨੂੰ ਇਹ ਜੱਫਾ ਮਾਰ ਕੇ ਬੈਠ ਜਾਂਦਾ ਹੈ ਤੈਉ ਤਾਂ ਅੰਗੁਰੂ ਬਾਬਾ ਮਰਦਾਸ ਮਹਾਰਾਜੀ ਆਗਏ ਨੇ ਕਿ ਪਿਆਰੋ ਸਾਡੇ ਸੰਸਾਰ ਤੇ ਜਾਣ ਤੋਂ ਬਾਅਦ ਮਤਮੈਂ ਪਿੱਛੇ ਕੋਈ ਰੋਵਸੀ ਸੋਵੇਂ ਮੂਲ ਨਾ ਪਾਇਆ ਕਿ ਸਾਡੇ ਸੰਸਾਰ ਤੋਂ ਜਾਣ ਤੋਂ ਬਾਅਦ ਜੇ ਕੋ ਰੋਵੇਗਾ ਉਹ ਫਿਰ ਸਾਡੇ ਹੁਕਮ ਤੋਂ ਬਾਹਰ ਪਰਮਾਤਮਾ ਦੇ ਪਾਣੇ ਤੋਂ ਬਾਹਰ ਹੋਵੇਗਾ। ਜੇ ਜਦੋਂ ਪਾਣੇ ਤੋਂ ਬਾਹਰ ਹੋ ਜਾਵੇ ਸਾਡਾ ਈਮਾਨ ਉਦੋਂ ਫਿਰ ਰੱਬ ਨੂੰ ਇਲਾਮੇ ਦੇਣ ਲੱਗ ਪੈਂਦਾ ਕਿ ਰੱਬਾ ਤੂੰ ਚੰਗਾ ਨਹੀਂ ਕੀਤਾ। ਬਹੁਤ ਮਾਰੀ ਕੀਤੀ ਸਾਡੇ ਨਾਲ ਤੋਂ। ਤੇ ਫਿਰ ਉਹਦੀ ਗੱਲ ਸੁਣ ਤੋਂ ਬਾਅਦ ਪਿਆਰਿਓ ਉਹਨੂੰ ਮਿਲਣ ਵਾਲੇ ਵੀ ਹੋ ਕੇ ਕਹਿੰਦੇ ਕਿ ਬੜਾ ਮਾਰਾ ਹੋਇਆ। ਬਹੁਤ ਮਾਰਾ ਕੀਤਾ ਰੱਬ ਨੇ ਤੁਹਾਡੇ ਨਾਲ ਪਰ ਪਿਆਰੋ ਰੱਬ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਨਾ ਉਹ ਕਿਸੇ ਦਾ ਕੋਈ ਦੋਖੀ ਨਹੀਂ ਹੈ ਆਪਾਂ ਸਾਰੇ ਪਰਿਵਾਰ ਆ ਉਸ ਪਰਮਾਤਮਾ ਦਾ ਉਹਦੇ ਬੱਚੇ ਆ ਹੁਣ ਇਸ ਗੱਲ ਦਾ ਸਾਨੂੰ ਗੁਰਬਾਣੀ ਪੜਨ ਤੋਂ ਪਤਾ ਲੱਗਦਾ ਹੈ ਗੁਰਬਾਣੀ ਕਹਿ ਰਹੀ ਹੈ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਾਈ ਕਿ ਪਿਆਰਿਆ ਇੱਕ ਪਿਓ ਦੇ ਬੱਚਿਆਂ ਤੋਂ ਆਪਸ ਵਿੱਚ ਭਰਾ ਹੁੰਦੇ ਨੇ ਹਾਂ ਰੰਗ ਰੂਪ ਦਾ ਕਦ ਕਾਠ ਦਾ ਕਿਸਮਤ ਦਾ ਫਰਕ ਇਹਦਾ ਪੈ ਜਾਂਦਾ ਏ ਪਰ ਹੈ ਤਾਂ ਬੱਚੇ ਹੀ ਪਰਮਾਤਮਾ ਦੇ ਆਪਾਂ ਸਾਰੇ ਤੇ ਕਦੇ ਮਾਂ ਪਿਓ ਚਾਹੁੰਦਾ ਕਿ ਆਪਣੇ ਬੱਚਿਆਂ ਦਾ ਬੁਰਾ ਹੋਵੇ ਨਹੀਂ ਚਾਹੁੰਦਾ ਇਸ ਕਰਕੇ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਧੂ ਤੂੰ ਮੇਰਾ ਭਰਾਤਾ ਇਹ ਸਾਰੀਆਂ ਰਿਸ਼ਤੇਦਾਰੀਆਂ ਪਰਮਾਤਮਾ ਨਿਭਾਉਂਦਾ ਏ ਜਿਸ ਕਾਕੇ ਪਰਮਾਤਮਾ ਨੂੰ ਲਾਮਨ ਦੇਣਾ ਜਿਹੜਾ ਇਹ ਬਾਣੀ ਤੋਂ ਬਾਹਰ ਹੁਣਾ ਹੁੰਦਾ ਏ ਤੇ ਸਤਗੁਰੂ ਜੀ ਕਹਿੰਦੇ ਕਿ ਨਹੀਂ ਭਾਈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਲਿਖ ਗਏ ਨੇ ਗੁਰਬਾਣੀ ਦੁਆਰਾ ਹੁਕਮ ਪਾਣਾ ਪਰਮਾਤਮਾ ਦਾ ਉਹਦੇ ਵਿੱਚ ਚੱਲਣਾ ਹੈ ਜੇ ਖੁਸ਼ੀ ਇਹਦੇ ਜਿਆਦਾ ਖੁਸ਼ੀ ਨਾ ਮਨਾਓ ਜੇ ਗਮ ਹੈ ਤੇ ਜਿਆਦਾ ਗਮ ਵਿੱਚ ਜਿਆਦਾ ਦੁਖੀ ਨਾ ਹੋਵੋ ਕਿਉਂਕਿ ਕਿਸੇ ਵੇਲੇ ਜਿਆਦਾ ਖੁਸ਼ੀ ਵੀ ਜਿਹੜੀ ਹੈ ਉਹ ਦੁੱਖ ਦਾ ਕਾਰਨ ਬਣ ਜਾਂਦੀ ਹੈ ਤੇ ਕਿਸੇ ਜਿਆਦਾ ਗਮ ਹੀ ਜਿਹੜੀ ਹੈ ਉਹ ਵੀ ਦੁੱਖ ਦਾ ਕਾਰਨ ਬਣ ਜਾਂਦੀ ਹੈ ਤੇਉ ਪਰਮਾਤਮਾ ਕਿਸ ਨੂੰ ਦੁੱਖ ਥੋੜੀ ਦੇ ਕੇ ਖੁਸ਼ ਹੁੰਦਾ ਏ ਉਹ ਸੁਖ ਦੇਣ ਵਾਲਾ ਪਰਮਾਤਮਾ ਸੁਖ ਦਿੰਦਾ ਏ ਤੇ ਅਸਰੇ ਪਰਮਾਤਮਾ ਨੂੰ ਸਤਿਗੁਰੂ ਕਹਿੰਦੇ ਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਕੇਸ ਮਨ ਦੇ ਵਿੱਚ ਕਲਾ ਕਲੇਸ਼ ਕਿਸੇ ਲਈ ਉੱਪਰ ਦੇ ਬੰਦੇ ਨੇ ਪੈਦਾ ਹੁੰਦੇ ਨੇ ਆਪਣੇ ਆਪ ਉਹ ਚਿੰਤਾ ਦਾ ਕਿਹ ਵਿਸ਼ਾ ਬਣ ਜਾਂਦੇ ਫਿਰ ਚਿੰਤਾ ਜਿਹੜੀ ਉਹ ਕਹਿੰਦੇ ਚਿਖਾ ਬਣ ਜਾਂਦੀ ਹੈ ਮਨੁੱਖਤਾ ਦੀ ਤੇ ਇਸ ਕਰਕੇ ਕੋਈ اچانک ਹਾਦਸਾ ਹੋ ਜਾਵੇ ਉਹ ਵੱਖਰੀ ਗੱਲ ਹੈ ਕਿ ਜੇਕਰ ਕੋਈ ਆਪਣੀ ਚਿੰਤਾ ਦੇ ਕਰਕੇ ਹਾਦਸਾ ਬਣਾ ਲਵੇ ਤੋਂ ਫਿਰ ਉਹਦਾ ਮਨ ਜੜੇ ਉਹ ਮਨ ਕਿਸੇ ਵੇਲੇ ਉਹਨੂੰ ਦੁੱਖ ਚ ਪਾ ਦਿੰਦਾ ਹੈ ਫੇਟਨ ਆਪਣੇ ਲਾਗੇ ਨਵੀਂ ਬਵਾਦੀ ਮੈਂਟਲ ਹਸਪੀਟਲ ਹੈ ਉਥੇ ਜਾਂਦਾ ਕਦੇ-ਕਦੇ ਸਮਾਂ ਮੌਕਾ ਬਣਦਾ ਸੀ ਤੇ ਉਥੇ ਨਾ ਮਰੀਜ਼ ਕਈ ਵੇਖੇ ਸੀ ਕਈਆਂ ਨੇ ਚਿੰਤਾ ਲਈ ਜਾਇਦਾਦ ਦੀ ਕਈਆਂ ਚਿੰਤਾ ਲਈ ਲਿਖਨ ਕਰਨ ਦੀ ਕਈਆਂ ਚਿੰਤਾ ਲਈ ਘਰ-ਬਾਰ ਪਰਿਵਾਰ ਦੀ ਕਈਆਂ ਚਿੰਤਾ ਲਈ ਕਾਰੋਬਾਰ ਦੀ ਉਸਾਰੇ ਰੋਗੀ ਹੋਏ ਪੈਨੇ ਮੈ ਇਹ ਪਤਾ ਕਿਦਾਂ ਲੱਗਦਾ ਏ ਕਿ ਸਾਡਾ ਮਨ ਜਿਹੜਾ ਏ ਦੁੱਖ ਵਿੱਚ ਰੋਗੀ ਕਿਵੇਂ ਕਰ ਦਿੰਦਾ ਏ ਇਸ ਤਨ ਨੂੰ ਉੱਥੇ ਨਾ ਡਾਕਟਰ ਇੱਕ ਫਾਈਲ ਬਣਾਉਂਦੇ ਨੇ ਪਹਿਲਾਂ ਹਿਸਟਰੀ ਲਿਖਦੇ ਨੇ ਉਸ ਮਰੀਜ਼ ਦੀ ਜਿਹੜਾ ਉਹਨਾਂ ਕੋ ਜਾਣਦਾ ਨਾ ਕੋਈ ਭਾਵੇਂ ਆਪ ਜਾਵੇ ਚੱਲ ਕੇ ਜਾਂ ਆਉਂਦਾ ਕੋਈ ਭੈਣ ਭਰਾ ਉਹਨੂੰ ਲੈ ਕੇ ਜਾਵੇ ਰਿਸ਼ਤੇਦਾਰ ਕੋਈ ਤੋਂ ਪੂਸ਼ਪੁਰ ਤੋਂ ਹਿਸਟਰੀ ਵਿੱਚ ਲਿਖਦੇ ਕਿ ਬਿਮਾਰ ਕਿਤਾ ਹੋਇਆ ਉਹਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਪਿਛਲੀਆਂ ਤੇ ਜਿਹੜੀਆਂ ਉਹ ਕਰਦਾ ਚਲਦੀਆਂ ਉਹਦੇ ਨਾਲ ਉਹ ਸਾਰੀਆਂ ਫਿਰ ਲਿਖਾਉਂਦੇ ਦੱਸਦੇ ਨੇ ਡਾਕਟਰ ਡਾਕਟਰ ਫਾਈਲ ਬਣਾਉਂਦੇ ਨੇ ਤੇ ਜਿੰਨਾਂ ਨੂੰ ਪਤਾ ਲੱਗਦਾ ਕਿ ਸਾਡਾ ਮਾਂਜੜਾ ਇਹ ਨਾ ਇਹ ਚਿੰਤਾ ਦਾ ਵਿਸ਼ਾ ਜਦੋਂ ਛੇੜ ਲਵੇ ਤੇ ਦੁੱਖ ਦਾ ਕਾਰਨ ਬਣਾ ਪੈਂਦਾ ਹੈ ਤੇ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੇ ਗੁਰਬਾਣੀ ਜਰੀ ਹੈ ਸੋ ਇਹਨੂੰ ਆਪਾਂ ਜਿਉਂ-ਜਿਉਂ ਪਰਦੇ ਆ ਵਿਚਾਰਦੇ ਆ ਭੰਨ ਕਥਾ ਦੁਆਰਾ ਜਾਂ ਕੀਰਤਨ ਦੁਆਰਾ ਜਾਂ ਵੈਸੇ ਅਖੰਡ ਪਾ ਸਾਹਿਬ ਖੁੱਲਾ ਸਾਹਿਜ ਪਾਠ ਜਾਂ ਸੰਪਟ ਪਾਠ ਕਈ ਤਰ੍ਹਾਂ ਦੇ ਜਿਹੜੇ ਮਰਯਾਦਾ ਦੇ ਨਾਲ ਇਸਾਰੇ ਦਾ ਸਾਰਾ ਇਸ ਮਨ ਤੋਂ ਬੋਝ ਲਾਉਣ ਵਾਸਤੇ ਹੁੰਦਾ ਏ ਪੂਜਾ ਪਾਠ ਜੋ ਵੀ ਹੈ ਤੇ ਇਸ ਦਾ ਸੰਬੰਧ ਪਿਆਰੋ ਸਾਡੇ ਆਪੇ ਆਪ ਨਾਲ ਹੁੰਦਾ ਏ ਆਪਣੇ ਸੁੱਖ ਵਾਸਤੇ ਤੇ ਮਾਫ ਕਰੂ ਕਿਸੇ ਵੇਲੇ ਜਦੋਂ ਭੋਗ ਪੈਂਦਾ ਹੈ ਨਾ ਕਿਤੇ ਸੁਖਮਨੀ ਸਾਹਿਬ ਦਾ ਯਸੀਰ ਖਾਨ ਪਾਰ ਸਾਹਿਬ ਦਾ ਤੇ ਸੰਸਾਰ ਤੋਂ ਜਾਣ ਵਾਲੇ ਪ੍ਰਾਣੀ ਦੇ ਨਿਮਿਤ ਉਹਦੇ ਪਰਥਾਏ ਕੁਝ ਲੁੜਿੰਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤੋਂ ਕੰਮ ਆਉਂਦੀਆਂ ਨੇ ਜੀਂਦਿਆਂ ਜੀ ਜਿਨ੍ਹਾਂ ਦੇ ਕੋਲ ਉਹ ਪਹੁੰਚਦੀਆਂ ਨੇ ਕਿਉਂਕਿ ਜੇ ਸੰਸਾਰ ਤੋਂ ਮਨੁੱਖ ਚਲਾ ਗਿਆ ਏ ਉਹਦੇ ਤੱਕ ਪਹੁੰਚਣਾ ਜਿਹੜਾ ਇਹ ਨਾ ਮੁਮਕਨ ਹੈ ਹੁਣ ਇਸ ਗੱਲ ਦਾ ਪਤਾ ਕਿੱਥੋਂ ਲੱਗਦਾ ਏ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਪਿਆਰਿਓ ਗਏ ਨੇ ਨਾ ਹਰਦਵਾਰ ਨੂੰ ਤੇ ਕੋਈ ਜੋ ਉੱਥੇ ਪੁਜਾਰੀ ਜਿਹੜੇ ਸਾਨੂੰ ਪਾਣੀ ਦੇ ਰਹੇ ਸਨ ਚੜ੍ਹਦੇ ਪਾਸੇ ਪੂਰਬ ਵੱਲ ਨੂੰ ਜਦੋਂ ਕਿ ਸੂਰਜ ਉਗਦਾ ਏ ਚੜ੍ਹਦਾ ਏ ਸਵੇਰੇ ਦੇ ਟਾਈਮ ਇਸ਼ਨਾਨ ਕਰਦਿਆਂ ਕਰਦਿਆਂ ਬੁੱਕ ਭਰ ਕੇ ਤੇ ਉਸ ਪਾਸੇ ਨੂੰ ਢੋਲ ਦੇਨੇ ਤਾਨ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਨਾਲ ਪਿੱਠ ਕਰਕੇ ਤੇ ਲੈਹਿੰਦੇ ਪਾਸੇ ਨੂੰ ਪਾਣੀ ਬੁੱਕ ਭਰ ਕੇ ਤੇ ਜਦੋਂ ਢੋਲਾ ਲੱਗੇ ਤੋਂ ਵੇਖ ਕੇ ਕਈ ਹਰਸ਼ੇਦ ਕਹਿ ਲੱਗੇ ਮਹਾਰਾਜ ਕਰਦੇ ਪੈ ਜੋ ਇਹਦਾ ਬਾਤ ਤੁਹਾਡਾ ਸਾਧ ਸੰਤਾਂ ਵਾਲਾ ਏ ਤੇ ਤੁਹਾਨੂੰ ਇਹਨਾਂ ਨੂੰ ਪਤਾ ਕਿ ਚੜ ਦਾ ਪਾਸਾ ਕਿਹੜਾ ਏ ਗੁਰਨਾਥ ਸਾਹਿਬ ਕਹਿੰਦੇ ਕਿ ਭਾਈ ਤੁਸੀਂ ਇਸ ਪਾਸੇ ਪਾਣੀ ਕਿਉਂ ਦਿੰਦੇ ਜੋ ਉਹ ਕਹਿੰਦੇ ਜੀ ਇਸ ਪਾਸ ਸਾਡਾ ਇਹ ਦੇਵਤਾ ਇਹ ਸੂਰਜ ਅਸੀਂ ਨੂੰ ਮੰਨਦੇ ਆ ਇਹਨੂੰ ਪਾਣੀ ਦੇਨੇ ਆ ਤੇ ਗੁਰਨਾਥ ਸਾਹਿਬ ਕਹਿੰਦੇ ਕਿ ਤੁਹਾਡਾ ਪਾਣੀ ਉਥੋਂ ਤੱਕ ਇਹ ਤੁਹਾਨੂੰ ਪਤਾ ਕਿ ਪਹੁੰਚਦਾ ਹੋਵੇਗਾ ਉਹ ਤੇ ਬੜੀ ਦੂਰ ਅਸਮਾਨ ਤੋਂ ਉਚਾਈ ਤੇ ਹੈ ਸੂਰਜ ਉਹ ਕਹਿੰਦੇ ਤੁਸੀਂ ਇਹ ਪਾਣੀ ਜਿਹੜਾ ਡੋਲਿਆਏ ਲੈnde ਪਾਸੇ ਨੂੰ ਤੁਸੀਂ ਕੋ ਡੋਲਿਆਏ ਕਹਿੰਦੇ ਅਸੀਂ ਤੁਹਾਡੇ ਹਲ ਵੇਖ ਕੇ ਡੋਲਿਆਏ ਕਹਿੰਦੇ ਵੀ ਤੁਸੀਂ ਐਸੇ ਪਾਸੇ ਨੂੰ ਡੋਲਣਾ ਚੜ੍ਹਦੇ ਪਾਸੇ ਜਿੱਧਰ ਅਸੀਂ ਡੋਲਦੇ ਆ ਉਹ ਕਹਿੰਦਾ ਜਿਵੇਂ ਤੁਸੀਂ ਸੋਚਿਆ ਨਾ ਕਿ ਸਾਡਾ ਪਾਣੀ ਸੂਰਜ ਨੂੰ ਪਹੁੰਚਦਾ ਮੈਂ ਵੀ ਸੋਚਿਆ ਕਿ ਸਾਡੇ ਮੇਰਾ ਪਾਣੀ ਮੇਰੇ ਖੇਤਾਂ ਨੂੰ ਪਹੁੰਚ ਜਾਵੇ ਉਹ ਫਿਰ ਬੜੇ ਹੈਰਾਨ ਹੋ ਕੇ ਸਨ ਲਗੇ ਕਹਿੰਦੇ ਇਦਾਂ ਕਿਉਂ ਇਦਾਂ ਕਿਵੇਂ ਹੋ ਸਕਦਾ ਹੈ ਖੇ ਤੇਰੇ ਕਿਤੇ ਪਾਕਿਸਤਾਨ ਦੇ ਵਿੱਚ ਜੋ ਤੇ ਤਲਵੰਡੀ ਪਿੰਡ ਹੈ ਤੇ ਹਿੰਦੁਸਤਾਨ ਹਰਦਵਾਰ ਇੱਥੋਂ ਉੱਥੇ ਕਿਵੇਂ ਚਲੇਗਾ ਇਨੀ ਇਨੀ ਦੂਰੀ ਤੇ ਗੁਨਾਹ ਸਾਹਿਬ ਕਹਿੰਦੇ ਕਿ ਜਿਵੇਂ ਤੁਹਾਡਾ ਪਾਣੀ ਨਹੀਂ ਜਾ ਜਾ ਸਕਦਾ ਸੂਝ ਤੇ ਇਸ ਤਰ੍ਹਾਂ ਹੀ ਮੈਨੂੰ ਪਤਾ ਹੈ ਕਿ ਨਹੀਂ ਜਾ ਸਕਦਾ ਸੋ ਪਿਆਰੂ ਇਹਨਾਂ ਦੇ ਵਿੱਚੋਂ ਇਹ ਗੁਰਮਤ ਇਸ ਵੇਲੇ ਵੀ ਸਾਨੂੰ ਸੋਝੀ ਦੇਂਦੀ ਹੈ ਕਿ ਇਸ ਸਾਡੀਆਂ ਅਵਸਥਾ ਜਿਹੜੀਆਂ ਨੇ ਸਾਡੇ ਤੱਕ ਸੀਮਤ ਨਾ ਅੱਗੇ ਨਹੀਂ ਜਾ ਸਕਦੀਆਂ ਪਰ ਫਿਰ ਵੀ ਜੁੜਿੱਤੀ ਰਵਾਇਤ ਕੰਨਪੇਂ ਦਾ ਮਜਬੂਰੀ ਹੈ ਤੇ ਇਸ ਮਜਬੂਰੀ ਵਿੱਚ ਪਿਆਰੋ ਕਿਸੇ ਵੇਲੇ ਨਾ ਮਨੋ ਇੱਕ ਗੁੱਸਾ ਕਰ ਬਿੰਦਾ ਕਿਸ ਨੂੰ ਆਖੀ ਹੈ ਨਾ ਵੀ ਭਾਈ ਰਹਿਣ ਦੋ ਚੀਜ਼ਾਂ ਨਹੀਂ ਲੋਰਦੇ ਰਹਿਣ ਦੋ ਕੋਈ ਗੱਲ ਨਹੀਂ ਇਦਾਂ ਇੱਕ ਪਿੰਡ ਸੀ ਅਸੀਂ ਉੱਥੇ ਨਾ ਮੇਰਾ ਸੱਜਣੀ ਸਿੱਕੇ ਭਾਈ ਨਿਰਮਲਜੀਤ ਸਿੰਘ ਕਥਾਵਾਚਕ ਤិនੇ ਮ ਆਪਾਂ ਗੈਨ ਨਮਿਤ ਇਸ ਤਰ੍ਹਾਂ ਹੀ ਮਰਤਕ ਦੇ ਭੋਗਤੇ ਤੇ ਉਹਨੇ ਆਖ ਦਿੱਤਾ ਕਿ ਭਾਈ ਇਹ ਜੋ ਚੀਜ਼ਾਂ ਤੁਸੀਂ ਭੋਗਤੇ ਦੇਣੀਆਂ ਰਹਿਣ ਦਾ ਨਾ ਰਹਿ ਦੋ ਨਾ ਦਿਆ ਕਰੋ ਇਹ ਤਾਂ ਉਸ ਨੂੰ ਪਹੁੰਚਣੀਆਂ ਨਹੀਂ ਇੱਕ ਬਾਪੂ ਬੜਾ ਸਿਆਣਾ ਬਜ਼ੁਰਗ ਕਹਿੰਦਾ ਵੀ ਇਹ ਬੀਬੀਆਂ ਜਿੱਦ ਕਰਦੀਆਂ ਨੇ ਬੀਬੀਆਂ ਨੂੰ ਸਮਝਾਓ ਅਸੀਂ ਨਹੀਂ ਦਿਆ ਕਰਾਂਗੇ ਉਹ ਕਹਿੰਦਾ ਵੇਖੋ ਪੈਸੇ ਦੇ ਬੰਦੇ ਖਰਚਦੇ ਨੇ ਨਾ ਬੀਬੇਂਦਰ ਜੀ ਘਰਾਂ ਚ ਰਹਿੰਦੀਆਂ ਤੁਸੀਂ ਸਮਝਾਓ ਨਾ ਤੁਹਾਡੇ ਘਰ ਦੇ ਪਰਿਵਾਰ ਦੇ ਜੀ ਨੇ ਪਤਨੀ ਐ ਧੀ ਐ ਨੂੰਹ ਐ ਕੋਈ ਵੀ ਐ ਉਹ ਕਹਿੰਦਾ ਨਹੀਂ ਬਾਬਾ ਜੀ ਤੁਸੀਂ ਸਮਝਾ ਕੇ ਜਾਇਓ ਮੈਂ ਕਿ ਤੁਹਾਡੇ ਕੋਲ ਐ ਮੈਂ ਵੀ ਨਾਲ ਸੰਦੇ ਮੈਂ ਬੈਠ ਕੇ ਸੈਟ ਤੋਂ ਨਾ ਕਥਾ ਸ਼ੁਰੂ ਕੀਤੀ ਇਹੋ ਗੱਲ ਚੱਲ ਪਈ ਜੋ ਆਪਾਂ ਹੁਣ ਕਰਦੇ ਪਏ ਆਂ ਤੇ ਇੱਕ ਵਿੱਚੋਂ ਬਜ਼ੁਰਗ ਉੱਠ ਕੇ ਕਹਿੰਦਾ ਬਾਬਾ ਜੀ ਇਹ ਲਾਜ਼ਮੀ ਹੋ ਗਿਆ ਦੇਣਾ ਪੈਂਦਾ ਹੈ ਫਿਰ ਬਾਬਾ ਜੀ ਕਹਿੰਦੇ ਮੇਰੀ ਕਥਾ ਕਹਿੰਦਾ ਕਿ ਫਾਇਦਾ ਜੇ ਤੁਸੀਂ ਉੱਠ ਕੇ ਮੈਨੂੰ ਇਦਾਂ ਕਹਣਾ ਤੁਸੀਂ ਗੱਲ ਤੇ ਸੁਣੋ ਪਹਿਲਾਂ ਸਮਝੋ ਜੇਕਰ ਤੁਸੀਂ ਚੀਜ਼ਾਂ ਦੇਣੀਆਂ ਤਾਂ ਫਿਰ ਇਹ ਜਿੰਨੂੰ ਤੁਸੀਂ ਦੇਣੀਆਂ ਜਿੱਦੇ ਨਮਿੱਤ ਇਹ ਚੀਜ਼ਾਂ ਰੱਖਣੀਆਂ ਕਿੱਥੇ ਆਉਨੇ ਜਾਂ ਸੰਸਾਰ ਚ ਲੱਗੋ ਚੀਜ਼ਾਂ ਤੁਸੀਂ ਜੋ ਦੇ ਰਿਹਾ ਜੋ ਰੱਖੇਗਾ ਕਿੱਥੇ ਫਿਜ਼ਾਤ ਉਹਨੂੰ ਰੱਖਣ ਵਾਸਤੇ ਕੋਈ ਥਾਂ ਦਿੱਤਾ ਦਿਓ ਕਮਰਾ ਦਿਓ ਜਿਹਦੇ ਵਿੱਚ ਉਹ ਭਾਂਡੇ ਬਸਤਰ ਮੰਝਾ ਜੋ ਦੇ ਰਹੇ ਉਹ ਰੱਖੇ ਤਾਂ ਇਹ ਨਾ ਇਹ ਚੀਜ਼ਾਂ ਤੁਹਾਡੀਆਂ ਕੰਮ ਆਉਣੀਆਂ ਕੇਵਲ ਤੇ ਕੇਵਲ ਜੋ ਇਤੇ ਪਾਠ ਪੂਜਾ ਕਰਨ ਵਾਲੇ ਨੇ ਠੀਕ ਹੈ ਜੀ ਤਾਂ ਸਮਰੱਥਾ ਦਿਓ ਪੈਸੇ ਖਲੇ ਦਿਓ ਕੋਈ ਤੁਹਾਡੀ ਆਪਣੀ ਮਰਜ਼ੀ ਇਹ ਪਰ ਜੇ ਤੰਗ ਹੋ ਕਹਿੰਦੇ ਦੇਣੀਆਂ ਕੁਸੀ ਫਿਰ ਕਰਜ਼ਾ ਚੁੱਕ ਕੇ ਦੇਂਦੇ ਫਿਰ ਉਹ ਜਾਂ ਕੇ ਕੋਣ ਲੈ ਕੇ ਦੇਉ ਉਠੀਗੋ ਨਹੀਂ ਹੈ ਸੋ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਇਹੋ ਸਿਧਾਂਤ ਉਸ ਵਕਤ ਸਮਝਾਉਣਾ ਕੀਤਾ ਸੀ ਉਹਨਾਂ ਨੂੰ ਲੈ ਇਹਨੂੰ ਪਾਣੀ ਦੇਖ ਕੇ ਕਿ ਜਿਵੇਂ ਮੇਰਾ ਪਾਣੀ ਨਹੀਂ ਖੇਤਾਂ ਉ ਜਾ ਸਕਦਾ ਇਥੋਂ ਤੱਕ ਸੀਮਤ ਹੈ ਇਤਾਂ ਸਾਡਾ ਕੀਤਾ ਦਾਨ ਪੁੰਨ ਜਿਹੜਾ ਵੀ ਇਥੋਂ ਤੱਕ ਸੀਮਤ ਹੈ ਪੁੰਨ ਦਾ ਜੋ ਬੀਜ ਦੇ ਸਭ ਧਰਮ ਰਾਹ ਕੇ ਦાય ਜਿਸ ਕਰਕੇ ਜਦੋਂ ਵੀ ਕਿਤੇ ਪਿਆਰੋ ਸਮਾਂ ਕੋਈ ਦੁੱਖ ਦਾ ਹੋਵੇ ਨਾ ਉਹਦੇ ਵਿੱਚ ਗਰਬਾਣੀ ਦੀ ਵਿਚਾਰਤਾਰਾ ਨੂੰ ਲੈ ਕੇ ਚੱਲਿਆ ਕਰੋ ਹੁਣ ਸਤਿਕਾਰਯੋਗ ਸਾਡੇ ਸੇਰ ਦਰਬਾਰ ਸਾਹਿਬ ਦੇ ਜੋ ਰਾਗੀ ਸਾਹਿਬਾਨ ਪਹੁੰਚ ਚੁੱਕੇ ਨੇ ਸੁਦਾਸ ਦੀ ਜਣੀ ਬੇਨਤੀ ਸੇਵਾ ਪ੍ਰਵਾਨ ਕਰਨੀ ਹੋਈਆਂ ਗਲਤੀਆਂ ਪੁੱਲਾਂ ਦੀ ਖਿਮਾ ਤੇ ਪਰ ਗੁਰਮਤਿ ਦੀ ਜਿਹੜੀ ਵਿਚਾਰਿਆ ਕਰਨੀ ਸੋਣੀ ਬੜੀ ਔਖੀ ਬੜੀ ਮੁਸ਼ਕਲ ਹੈ ਪਰ ਜੇਕਰ ਅਸੀਂ ਇਸ ਤਰੀਕੇ ਚੱਲੀਏ ਤੇ ਸਾਡਾ ਸਮਾਜ ਜੜੇ ਕਾਫੀ ਹੱਦ ਤੱਕ ਸੁਧਰ ਸਕਦਾ ਹੈ ਭਾਵ ਕਿ ਇਦਾਂ ਗੱਲਾਂ ਨਹੀਂ ਪਤਾ ਉਹ ਸਾਨੂੰ ਗੁਰਬਾਣੀ ਤੋਂ ਪਤਾ ਲੱਗਦੀਆਂ ਨੇ ਇਤਿਹਾਸ ਤੋਂ ਪਤਾ ਲੱਗਦੀਆਂ ਨੇ ਕਥਕ ਕੀਰਤਨ ਤੋਂ ਪਤਾ ਲੱਗਦਾ ਏ ਗੁਰਬਾਣੀ ਸੁਣਨ ਪੜਨ ਤੋਂ ਪਤਾ ਲੱਗਦਾ ਏ ਇਸ ਕਰ ਗੁਰਬਾਣੀ ਸੁਣਿਆ ਪਰਿਆ ਵਿਚਾਰਿਆ ਕਰੋ ਜਦੋਂ ਕਿ ਟਾਈਮ ਸਮਾਂ ਮੇਰੇ ਮੌਕਾ ਮਿਲੇ ਭਾਵੇਂ ਸੁੱਖ ਜਾਂ ਦੁੱਖ ਵਿੱਚ ਹੋ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਨਾਲ ਲਿਆਇਆ ਕਰੋ ਤੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਚਰਨਾਂ ਦੇ ਨਾਲ ਜੋੜਿਆ ਕਰੋ ਸੋ ਇਸ ਦੇ ਵਿੱਚ ਸਾਡਾ ਸਭ ਦਾ ਫਾਇਦਾ ਹੈ ਲਾਭ ਹੈ ਭਈ ਪ੍ਰਾਪਤ ਮਨ ਉਖਦੇ ਹੁਰੀਆ ਗੋਬਿੰਦ ਮਨ ਕੇ ਤੇਰੀ ਬਰੀਆ ਸੋ ਪਿਆਰ ਹੋਇਨਾ ਮਹਾਕਾਂਸਾਰ ਸੋ ਆਪਾਂ ਕਥਾਰਮ ਕੀਤੀ ਸੀ ਸੋ ਫਿਰ ਦੁਬਾਰਾ ਹੋ ਜਾਂ ਗਲਤੀਆਂ ਪੁਲਾਂ ਦੀ ਖਿਮਾ ਜੀ ਹੇ ਅਚਤ ਹੇ ਪਾਰ ਭ੍ਰਮ ਅਭਨਾਸੀ ਅਗਨਾਸ਼ ਹੇ ਪੂਰਨ ਹੇ ਸਰਬ ਮੈ ਦੁਖ ਪੰਜਨ ਗੁਣਤਾਸ हे संगी हे नरंकार हे निर्गुण सब टेक हे गोविंद गुण निदान जाके सदा बबेक हे अपरंपर हर हरि हैप्पी होवन हार हे संता कै सदा संग निधारा आधार हे ठाकुर हूं दास रू मैं निर्गुण गुण नहीं कोई नानक दी जे नाम दान राखों ही ए परोए आए प्रभु शरणागति कृपा निद दयाल एक अक्षर हर मन बरस्त नानक होत निहाल कथा निथापत होत है सुन हो सिंह सो जान नानक गुरु गोबिंद सिंह जी ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਏਕ ਓੰਕਾਰ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਕਥਾ ਨਿਤਾਪਤ ਹੂਤ ਹੈ ਸੁਨੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ